ਹੈਲੋ 4ਥ ਕਲਾਸ ਸਟੂਡੈਂਟਸ ਮਾਈ ਨੇਮ ਇਜ਼ ਮਲਕੀਤ ਕੌਰ ਡੀਅਰ ਸਟੂਡੈਂਟਸ ਅਪੀਅਰ ਪੰਜਾਬੀ ਬੁక్స్ ਲੈਸਨ ਨੰਬਰ 3 ਟੂਡੇ ਵੀ ਵਿਲ ਰੀਡ आवर ਥਰਡ ਚੈਪਟਰ ਆਜ਼ਾਦੀ ਇਸ ਬਾਅਦ ਵਿੱਚ ਲੇਖਕ ਨੇ ਦੱਸਿਆ ਹੈ ਕਿ ਹਰ ਕੋਈ ਆਜ਼ਾਦੀ ਨੂੰ ਪਸੰਦ ਕਰਦਾ ਹੈ ਇੱਥੋਂ ਤੱਕ ਕਿ ਪੰਛੀਆਂ ਨੂੰ ਵੀ ਆਜ਼ਾਦ ਰਹਿਣਾ ਪਸੰਦ ਹੈ ਬੇਟਾ ਜਿਵੇਂ ਕਿ ਸਾਨੂੰ ਪਤਾ ਹੈ ਕਿ ਅਸੀਂ ਭਾਰਤ ਵਿੱਚ ਦੇਸ਼ ਵਿੱਚ ਰਹਿੰਦੇ ਹਾਂ ਤੇ ਸਾਡਾ ਦੇਸ਼ ਲਗਭਗ 200 ਸਾਲ ਅੰਗਰੇਜ਼ਾਂ ਦੇ ਗੁਲਾਮ ਰਿਹਾ ਅੰਗਰੇਜ਼ਾਂ ਨੇ ਭਾਰਤ ਵਾਸੀਆਂ ਨੂੰ ਖੂਬ ਲੁੱਟਿਆ ਕਦੇ ਸਾਡਾ ਭਾਰਤ ਸੋਨੇ ਦੀ ਚਿੜੀ ਅਕਵਾਂਦਾ ਸੀ ਪਰ ਅੰਗਰੇਜ਼ਾਂ ਨੇ ਭਾਰਤ ਨੂੰ ਲੁੱਟ ਕੇ ਤੇ ਸਾਡੀ ਸੋਨੇ ਦੀ ਚਿੜੀ ਦੇ ਪਰ ਕੱਟ ਦਿੱਤੇ ਪਰ ਇਹ ਸਭ ਕੁਝ ਸਾਡੇ ਦੇਸ਼ ਦੇ ਨੌਜਵਾਨਾਂ ਕੋਲ ਬਰਦਾਸ਼ਤ ਨਹੀਂ ਹੋਇਆ ਇਸ ਕਰਕੇ ਉਹਨਾਂ ਨੇ ਆਪਣੇ ਸਿਰਾਂ ਤੇ ਕਫਨ ਬੰਨ ਲਏ ਭਾਵ ਕਿ ਉਹ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਲੜਾਈ ਕਰਨ ਲੱਗੇ ਜਹਾਦ ਛੇੜਨ ਲੱਗੇ ਇਸ ਤਰ੍ਹਾਂ ਫਿਰ ਉਨ੍ਹਾਂ ਦੀ ਮਿਹਨਤ ਸਦਕਾ ਦੇਸ਼ ਭਗਤਾਂ ਦੀ ਮਿਹਨਤ ਦੇ ਸਦਕਾ ਸਾਡਾ ਦੇਸ਼ 15 ਅਗਸਤ 1947 ਨੂੰ ਆਜ਼ਾਦ ਹੋਇਆ ਤੇ ਉਸ ਦਿਨ ਨੂੰ ਅਸੀਂ ਪਾਗਾਂ ਵਾਲਾ ਦਿਨ ਮੰਨਦੇ ਹਾਂ ਆਜ਼ਾਦੀ ਦੇ ਬਾਰੇ ਜਸਮੀਤ ਆਪਣੇ ਅਧਿਆਪਕ ਕੋਲੋਂ ਬਹੁਤ ਧਿਆਨ ਨਾਲ ਸੁਣ ਰਿਹਾ ਸੀ ਕਿਉਂਕਿ ਅਧਿਆਪਕ ਉਹਨਾਂ ਨੂੰ ਇਹ ਪਾਠ ਪੜ੍ਹਾ ਰਹੇ ਸਨ ਪਰ ਉਹ ਵਿੱਚ ਵਿੱਚ ਹੀ ਉਦਾਸ ਹੋ ਰਿਹਾ ਸੀ ਜਸਮੀਤ ਦੀ ਉਦਾਸੀ ਵਾਰੇ ਵੇਖ ਕੇ ਉਸਦੇ ਦੋਸਤ ਅਕਸ਼ਜ ਨੇ ਪੁੱਛਿਆ कि जसमीत तू उदास क्यों है जसमीत ने कहा कि यार ओ भी तो गुलाम है वो बहुत बेतिया निजे बोलिया अक्षज ने कहा कौन गुलाम है अज त अरे आजाद हाँ एक आजाद देश रें दे जसमीत ने कहा यार ओ गंगा राम अक्षज ने कहा यार गंगा राम ओ कौन है अज त असी सारे आजाद हाँ गंगा राम कौन है जो गुलाम है ਫਿਰ ਜਸਮੀਤ ਨੇ ਦੱਸਿਆ ਕਿ ਉਹੀ ਤੋਤਾ ਜਿਸ ਨੂੰ ਮੈਂ ਆਪਣੇ ਪਿੰਜਰੇ ਵਿੱਚ ਬੰਦ ਕਰਕੇ ਰੱਖਿਆ ਹੋਇਆ ਹੈ ਅਕਸ਼ਜ ਨੇ ਕਿਹਾ ਯਾਰ ਉਹ ਤਾਂ ਇੱਕ ਪੰਛੀ ਹੈ ਉਸਨੂੰ ਕਾਦੀ ਪਰਵਾਹ ਉਹ ਤੇ ਚੰਗਾ ਚੋਖਾ ਖਾਂਦਾ ਹੈ ਪਰ ਜਸਮੀਤ ਨੇ ਕਿਹਾ ਯਾਰ ਭਾਵੇਂ ਉਹ ਇੱਕ ਪੰਛੀ ਹੈ ਪਰ ਉਹ ਵੀ ਆਜ਼ਾਦ ਹੋਣਾ ਚਾਹੁੰਦਾ ਹੈ ਉਹ ਚੰਗੀਆਂ-ਚੰਗੀਆਂ ਗੱਲਾਂ ਕਰਦਾ ਹੈ ਹੱਸਦਾ ਹੈ ਪਰ ਜਦ ਮੈਂ ਉਹਨੂੰ ਕਿਤੇ ਵੇਖਦਾ ਹਾਂ ਕਿ ਆਕਾਸ਼ ਵਿੱਚ ਪੰਛੀਆਂ ਨੂੰ ਉੜਦੇ ਵੇਖਦਾ ਹਾਂ ਤਾਂ ਬਹੁਤ ਦੁਖੀ ਹੁੰਦਾ ਹੈ। ਜਸਮੀਤ ਤੋਤੇ ਬਾਰੇ ਸੋਚਦਾ ਹੈ ਤੇ ਦੁਖੀ ਹੁੰਦਾ ਬੋਲਦਾ ਹੈ। ਫਿਰ ਉਹ ਦੱਸਦਾ ਹੈ ਕਿ ਭਾਵੇਂ ਅਸੀਂ ਜੇਲ੍ਹ ਵਿੱਚ ਬੈਠੇ ਕੈਦੀ ਨੂੰ ਕਿੰਨੀਆਂ ਵੀ ਸਹੂਲਤਾਂ ਕਿਉਂ ਨਾ ਦੇ ਦਈਏ ਪਰ ਉਹ ਹੋਵੇਗਾ ਤਾਂ ਕੈਦੀ ਹੀ ਨਾ। ਇਸ ਕਰਕੇ ਮੈਨੂੰ ਆਪਣੇ ਤੋਤੇ ਤੇ ਦਰਸ ਆ ਰਿਹਾ ਹੈ ਕਿ ਮੈਂ ਉਸ ਨੂੰ ਆਜ਼ਾਦ ਕਰ ਦੇਵਾਂ ਮੈਨੂੰ ਉਸ ਦੀ ਆਜ਼ਾਦੀ ਨਹੀਂ ਖੋਣੀ ਚਾਹੀਦੀ। ਦੋਵੇਂ ਤੋਤ ਦੋਸਤ ਉਸੇ ਵੇਲੇ ਘਰ ਨੂੰ ਜਾਂਦੇ ਹਨ ਜਸਮੀਤ ਨੇ ਤੋਤੇ ਨੂੰ ਪੁੱਛਿਆ ਗੰਗਾ ਰਾਮ ਕੀ ਤੂੰ ਆਜ਼ਾਦ ਹੋਣਾ ਹੈ ਆਜ਼ਾਦੀ ਦੀ ਗੱਲ ਸੁਣ ਕੇ ਗੰਗਾ ਰਾਮ ਭਾਵਕੇ ਜਸਮੀਤ ਦਾ ਤੋਤਾ ਬਹੁਤ ਖੁਸ਼ ਹੋ ਗਿਆ ਤੇ ਉਸਨੇ ਕਿਹਾ ਸਾਥੀ ਆਜ਼ਾਦੀ ਕੋਈ ਨਹੀਂ ਚੁੰਦਾ ਜਸਮੀਤ ਨੇ ਉਸੇ ਵੇਲੇ पिंजਰੇ ਦਾ ਦਰਵਾਜ਼ਾ ਖੋਲ ਦਿੱਤਾ ਤੇ ਤੋਤਾ ਬਹੁਤ ਹੀ ਖੁਸ਼ ਹੋ ਕੇ ਟਾਟਾ ਕਰਦਾ ਫੁੰਨ ਕਰਕੇ ਉੱਡ ਗਿਆ ਓਕੇ ਸਟੂਡੈਂਟਸ Thank you.